ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਐਲੀ ਮੰਗੜ ਮਾਮਲੇ ਵਿੱਚ ਹਰ ਦਿਨ ਨਵਾਂ ਹੀ ਖੁਲਾਸਾ ਸਾਹਮਣੇ ਆਉਂਦਾ ਹੈ। ਪਿਛਲੇ ਦਿਨ ਐਲੀ ਮੰਗੜ ਦੇ ਵਕੀਲਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਉਹਨਾਂ ਨੂੰ ਲੱਗਦਾ ਹੈ ਐਲੀ ਮੰਗੜ ਦੀ ਜੰਮ ਕੇ ਕੁੱਟਮਾਰ ਹੋਈ ਹੈ। ਇਸ ਸੰਬੰਧੀ ਇੱਕ ਆਡੀਓ ਸਬੂਤ ਵੀ ਕਾਫੀ ਵਾਇਰਲ ਹੋ ਰਹੇ ਹਨ ਤੇ ਇਹਨਾਂ ਨੂੰ ਸੱਚ ਮੰਨਿਆ ਜਾਵੇ ਤਾਂ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ। ਪਰ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਸੱਚ ਹੈ ਜਾਂ ਨਹੀਂ। ਵਧੀਆ ਵਧੀਆ ਜੀ, ਪ੍ਰਗਟ ਕੀ ਹਾਲ ਚਾਲ ਹੈ? ਹਾਂਜੀ ਹਾਂਜੀ, ਵਧੀਆ ਜੀ, ਤੁਸੀਂ ਦੱਸੋ, ਫੋਨ ਨੀ ਚੱਕਿਆ? ਮੈਂ ਨਾ ਪਿੰਡ ਆਇਆ, ਫੋਨ ਲੱਗਿਆ ਚਾਰਜ ਬਣਾਉਣ ਨਾ ਆਉਂਦਾ। ਅੱਛਾ ਅੱਛਾ, ਪਿੰਡੋ ਮੈਂ ਕਿਹਾ ਇੱਥੇ ਡਿਊਟੀ ਤੇ ਹੋ? ਨਹੀਂ ਨਹੀਂ, ਐਲੀ ਮੰਗੜ ਲੱਗ ਨਹੀਂ ਹੈਗਾ ਮੈਂ। ਮੈਂ ਵੀ ਉਹਦੇ ਪੁੱਛਦਾ, ਮੈਂ ਕਿਹਾ ਕੀ ਬਣਿਆ ਐਲੀ ਮੰਗਦੇ ਦਾ? ਉਹਦਾ ਕੋਟ ਕੋਟ ਡਿਊਟੀ ਸਿਟੀ 2 ਨੇ ਤੂੰ ਕੱਢ ਛੱਡਿਆ, ਸਾਥੀ ਉੜੀ ਜਾਂਦਾ। ਕਿਵੇਂ ਕੋਟ ਕੋਟ ਚ ਤੂੰ ਕੱਢ ਛੱਡਿਆ? ਉਹਦਾ ਕੁੱਟਿਆ ਬਹੁਤ ਜ਼ਿਆਦਾ। ਅੱਛਾ, ਆਪਣੇ ਬੀਐਸਪੀ ਨੇ ਕੁੱਟੇ? ਆਹੋ, ਹੁਣ ਇਹ ਲੰਡੂ ਪੈ ਗਿਆ, ਕਿਹੜਾ ਬਹੁਤ ਕਿਤੇ ਹੈਗਾ ਇੰਟਰਨੈਸ਼ਨਲ, ਕਿਤੇ ਬਹੁਤ ਉੱਥੇ ਦੇ। ਹਾਂ ਹਾਂ, ਹੁਣ ਕ੍ਰਾਈਮ ਤੇ ਕ੍ਰਾਈਮ ਹੀ ਆ, 295 ਲੱਗੀ ਨਾਲ। ਹਾਂ, ਨਾਲ ਉਹ 2 ਦਿਨ ਦਾ ਪੁਲਿਸ ਰਿਮਾਂਡ ਹੈ, 2 ਦਿਨ ਹੋਰ ਕੁੱਟਣਾ। ਅਸਲਾ ਕਹਿੰਦੇ ਬਰਾਬਰ ਕਰਾਉਣਾ ਇਹ ਤੋਂ। ਅੱਛਾ, ਮਤਲਬ ਲੰਮਾ ਤਾਂ ਨਹੀਂ ਠੋਕ ਦੇਣਾ ਅੰਦਰ? ਹਾਂ ਹਾਂ, ਜਾਣਾ ਹੀ ਹੈ ਜੁਡੀਸ਼ੀਅਲ ਤੇ ਜਾਣਾ ਹੀ। ਅੱਛਾ, ਕਹਿੰਦਾ ਕਹਿਣਾ ਮੈਂ ਸਿਆਪਾ ਹੀ ਲੈ ਲਿਆ ਕੈਨੇਡਾ ਤੋਂ, ਨਿਊਜ਼ੀਲੈਂਡ ਤੋਂ ਆ ਕੇ। ਸਿੱਧਾ ਹੀ ਆਇਆ ਨਾ ਇਹ? ਸਿੱਧਾ ਹੀ ਆਇਆ। ਹਾਂ, ਚੰਗਾ ਭਲਾ ਬਾਹਰ ਤੋਂ ਹੈਗਾ, ਤੂੰ ਪੰਗੇ ਕਾਹਨੂੰ ਲੈਣ ਡਿਆ ਇੱਧਰ ਆ ਕੇ? ਸਹੀ ਗੱਲ ਆ, ਮੈਂ ਹੁਣ ਇਹ ਬਾਹਰ ਦੀ ਪੁਲਿਸ ਧਿਆਨ ਨਹੀਂ ਜਿਹੜੀ, ਤੈਨੂੰ ਵੀ ਹੁਣ ਪੈਰਾਂ ਕੋਲ ਵਾਲੀ ਦੀ ਮਰਜ਼ੀ ਗੀਤ ਬੋਲੀ ਜਾ, ਹੁਣ ਇਹ ਤਾਂ ਠੋਕ ਦਿੰਦੀ ਪਰ। ਮੈਂ ਪੁੱਛਾਂ, ਮੈਂ ਕਿਹਾ ਬਾਈ ਉੱਥੇ ਹੋਣਾ ਡਿਊਟੀ ਤੇ, ਮੈਂ ਕਿਹਾ ਇੱਥੇ ਥਾਣਾ ਇੱਥੇ ਹੁੰਦਾ ਤਾਂ ਥੱਲੇ ਸਾਨੂੰ ਵੀ ਰੌਣਕ ਮੇਲਾ ਲੱਗ ਗਿਆ, ਥਾਣਾ ਹੀ ਉੱਧਰ ਚਲਾ ਗਿਆ। ਹੁਣ ਤੁਸੀਂ ਤਰਸਦੇ ਹੋ ਹੈ, ਪਹਿਲਾਂ ਤੁਸੀਂ ਕਹਿੰਦੇ ਰੋਜ਼ ਦਿਹਾੜੀ ਕੰਮ ਨਹੀਂ, ਰੋਜ਼ ਦਿਹਾੜੀ ਤਾਂ ਕੋਈ ਨੀ ਆ, ਸ਼ਾਂਤੀ ਵਗੈਰਾ ਫੇਜ਼ ਆ। ਮੈਂ ਨੰਗਿਆ ਸੀ ਅੱਜ ਬਾਰਮੂਰ ਦੀ, ਤੇ ਉਹਦੇ ਬੈਰੀਗੇਡ ਚ ਵਾਹਵਾ ਲਾ ਰੱਖੇ ਸੀਗੇ, ਮੈਂ ਕਿਹਾ ਲੈ ਜਿਵੇਂ ਸਰਸੇ ਵਾਲਾ ਬਾਬਾ ਫੜਿਆ ਹੁੰਦਾ ਐਂ ਫੜ ਲਵਾਂਗੇ। ਉੱਪਰ ਉਹੀ ਨਾ ਦੂਜੀ ਆ ਗਈ ਦੁਨੀਆ ਕਾਫੀ ਬਾਹਰ ਹੋ ਗਿਆ ਸੀ, ਮੰਡੀਰ ਦੇ ਪੂਰਾ ਰਾਠੀ ਚਾਲ ਚਾਲ ਕੇ ਭਜਾਇਆ ਗਿਆ ਡੰਗ ਫੇਰੀ ਪੂਰੀ। ਅੱਛਾ, ਮੈਂ ਹੁਣੇ ਵੀਡੀਓ ਜੀ ਦੇਖਦਾ ਪਿਆ ਸੀ, ਉਹ ਚ ਆਪਣੇ ਨੈਬ ਚੜਾਈ ਜਾਂਦਾ ਸੀ ਉਹਨੂੰ ਗੱਡੀ ਚ। ਮੈਂ ਪੁੱਛਾਂ ਮੈਂ ਬਾਈ ਦਮਾ ਕੀ ਬਣਿਆ ਹੈਗੇ, ਥਾਣੇ ਹੀ ਆ ਅੱਜ ਵੀ? ਥਾਣੇ ਹੀ ਆ? ਮੈਂ ਥਾਣੇ ਹੀ ਨਹੀਂ ਹਾਂ, ਮੈਂ ਹਾਂ ਉਹ ਥਾਣੇ ਹੀ ਆ। ਅੱਛਾ, ਓਇਲੀ ਵੀ ਥਾਣੇ ਹੀ ਆ? ਆਹੋ, ਥਾਣੇ ਹੀ ਆ, ਉਹ ਤਾਂ ਫੀਲਿੰਗ ਲੈਂਦਾ ਹੋਣਾ ਬਾਹਰ ਦੀ ਵੀ, ਮੈਂ ਤਾਂ ਬਾਹਰ ਦੇ ਪੁਲਿਸ ਸਟੇਸ਼ਨ ਜੀ ਕਹਿੰਦੇ। ਆਪਣੇ ਕੁਆਟਰਾਂ ਚ ਹੁੰਦਾ ਤਾਂ ਫੇਰ ਪਤਾ ਲੱਗਣਾ ਬਾਹਰ ਤਾਂ ਟੀਨ ਵਾਲੀ ਥਾਣੇ ਵੀ ਵਧੀਆ ਵਧੀਆ ਵਾਸ਼ਰੂਮ ਲਈ ਆ, ਵਧੀਆ ਰੂਮ ਦਿੱਤੇ ਆ ਉੱਥੇ ਹਵਾ ਲੱਗਦੀ ਉਹਨੂੰ। ਅੱਛਾ, ਚੱਲ ਮੈਂ ਪੁੱਛਾਂ ਵਾ ਕੀ ਬਣੇ, ਕੁੱਟੇ ਕੱਟੇ ਕਿ ਨਹੀਂ ਕੁੱਟੇ? ਨਾ ਨਾ, ਚੰਮ ਦਿੰਦੇ ਅੜਿਆ। ਅੱਛਾ, ਇਹਨੇ ਕਰਾਈ ਨੀ ਪੈਸੇ ਪੂਸੇ ਦੇ ਕੇ ਬੇਲ? ਬੇਲ ਵਾਲਾ ਨੀ ਆ, ਫੈਂਸ ਹੈਗਾ 295। ਅੱਛਾ, 295 ਕਾਹਦਾ? ਇਹ ਹੁੰਦਾ ਵਾ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ, ਉਹਨੂੰ ਕਿਹਾ ਨੀ ਵੀਡੀਓ ਚ ਇਹਨੇ, ਵੀ ਆ ਤੂੰ ਜਿਹੜਾ ਖੰਡਾ ਜਿਹਾ ਪਾਇਆ 5 ਰੁਪਏ ਵਾਲਾ। ਆਹੋ ਆਹੋ, ਹਾਂ ਉਹਨੇ ਕਿਹਾ ਤਾਂ ਨਾਲ ਲਾ ਤਾ ਵੀ ਉੱਥੇ ਕਰਾ ਤਾ ਵੀ 5 ਰੁਪਏ। ਇਹ ਕੇਸ ਕਿਹਨੇ ਕੀਤਾ? ਰਿੰਪੀ ਦਾ ਵੀ ਪ੍ਰਿੰਸ ਦਾ ਵਾ ਉਹਨਾਂ 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 ਨੂੰ ਫੁੱਲੋ ਹੋਇਆ। ਹਾਂ, ਉਹਨਾਂ ਤੇ ਉਹਨਾਂ ਨੂੰ ਤਾਂ ਆਪ ਹੀ ਪੁਲਿਸ ਚੱਕ ਲਿਆ ਸੀ। ਉਹ ਜਿਹੜੇ ਸੀ ਨਾ ਉਹਨਾਂ ਦੇ ਕ੍ਰਾਈਮ ਕੀ, ਉਹਨਾਂ ਦੇ ਜਿਹੜਾ ਸੀ ਬੇਲੇ ਵਾਲੇ ਫੈਂਸ ਸੀ, ਉਹਨਾਂ ਨੇ ਕੋਈ ਇਹੋ ਜਿਹਾ ਜੀਨੀਅਸ ਨਹੀਂ ਕੀਤਾ, ਇਹ ਹੁਣ ਇਕੱਠ ਵੀ ਹੋ ਗਿਆ ਵਾ, ਟੈਲ ਵੀ ਹੋ ਗਿਆ, ਹੁਣ ਧਾਰਮਿਕ ਭਾਵਨਾ ਨੂੰ ਠੇਸ ਵੀ ਪਹੁੰਚਾਇਆ ਵਰਡ ਬੋਲ ਕੇ। ਅੱਛਾ, ਤੇ 3-4 ਚੀਜ਼ਾਂ ਇਹਦੇ ਆ ਗਈਆਂ, ਹੱਲਾ ਬੋਲ ਨਹੀਂ ਆ ਗਿਆ, ਉਹ ਤਾਂ ਆਪਣੀ ਜਗ੍ਹਾ ਸੀ। ਹਾਂ ਹਾਂ, ਇਹ ਚੀਜ਼ਾਂ ਆ ਗਈਆਂ ਜੀ। ਅੱਛਾ,
ਲੱਗਦਾ ਹੁਣ ਵਾਪਸ ਨਹੀਂ ਜਾਣ ਦਿੰਦੇ ਬੰਦੇ ਕੀ ਪਤਾ ਲੱਗੂਗਾ ਇਹ ਥੋੜਾ ਜਿਹਾ ਜਦੋਂ ਇਹਦਾ ਪਾਸਪੋਰਟ ਥੋੜਾ ਜਿਹਾ ਕਰਕੇ ਮੁਕਦਮਾ ਦਰਜ ਕਰਕੇ ਦੇ ਦਿੱਤਾ ਵੀ ਵਾਲਾ ਜਿਹਨਾਂ ਦਾ ਕੈਂਸਲ ਨਹੀਂ ਹੁੰਦਾ ਉਹਨਾਂ ਤੱਕ ਤੂੰ ਇੱਧਰ ਹੀ ਆ। ਹਾਂ ਹਾਂ ਪਾਸਪੋਰਟ ਰੱਖ ਲੈਣਾ ਤਾਂ ਬਸ ਹੁਣ ਕੀ ਹੁਣ ਜਿਹਨਾਂ ਤੱਕ ਉਹ ਕੈਂਸਲ ਨਾ ਹੋਊਗਾ ਫੈਂਸ ਜਿਹੜਾ ਇੱਥੇ ਲੱਗਾ ਮੁਕਦਮਾ ਉਹਨਾਂ ਤੱਕ ਕਿਤੇ ਜਾ ਨਹੀਂ ਆ ਨਹੀਂ ਸਕਦਾ। ਇਹਦੇ 'ਚ ਕਿੰਨੇ ਸਾਲ ਦੀ ਜੇਲ੍ਹ ਆ? ਇਹ 'ਚ ਘੱਟੋ ਘੱਟ ਵੀ ਦੋ ਤਿੰਨ ਸਾਲ ਤਾਂ ਹੈ ਹੀ ਆ, ਦੋ ਤਿੰਨ ਸਾਲ ਲੱਗ ਹੀ ਜਾਣੇ ਇਹਨੂੰ ਇੱਧਰ ਧੱਕੇ ਧੁੱਕੇ ਖਾਂਦੇ ਆ। ਅੱਛਾ ਇਹ ਨਿਊਜ਼ੀਲੈਂਡ 'ਚ ਰਹਿੰਦਾ ਸੀ? ਨਹੀਂ ਰਹਿੰਦਾ ਤਾਂ ਮੈਨੂੰ ਲੱਗਦਾ ਕੈਨੇਡਾ ਇਹ, ਅਤੇ ਨਿਊਜ਼ੀਲੈਂਡ ਕਿਤੇ ਹੁਣ ਗਿਆ ਹੋਣਾ ਸੀ। ਹੁਣ ਕਾਲੇ ਦੋ ਚਾਰ ਦਿਨ ਦੀ ਰੋਟੀ ਲਿਖੀ ਖਾਣੇ ਦੀ ਖਾਣ ਆ ਗਿਆ ਆਪੇ ਹੀ ਉੱਪੇ ਹੀ ਆ ਗਿਆ। ਹਾਂ ਹੋਰ ਠੀਕ ਹੈ ਛੋਟਾ ਜਿਹਾ? ਹਾਂ 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 ਵਧੀਆ ਛੋਟਾ ਵੀ ਖੇਡਦਾ। ਹਾਂ ਹਾਂ ਪੂਰਾ ਹੁਣ ਤਾਂ ਵਧੀਆ ਤੁਰਦਾ ਫਿਰਦਾ। ਆ ਜਾਓ ਮਾਰਨੇ ਉੱਧਰ ਗੇੜਾ। ਹਾਂ ਹਾਂ ਆਵਾਂਗੇ ਕੋਈ ਨਹੀਂ, ਚਲੋ ਮੈਂ ਮਾਰੂ ਗੇੜਾ ਇੱਧਰ ਲੰਘ ਨਾ ਕਦੇ ਇੱਧਰ ਦੀ ਮੂਹਰ ਦੀ। ਆਇਓ ਆਇਓ ਠੀਕ ਹੈ ਓਕੇ। ਇੱਕ ਵਾਰ ਫਿਰ ਅਸੀਂ ਤੁਹਾਨੂੰ ਦੱਸ ਦਈਏ ਕਿ ਨਿਊਜ਼ਲਾਈਨ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਸਹੀ ਹੈ ਜਾਂ ਨਹੀਂ, ਪਰ ਜਿਸ ਤਰ੍ਹਾਂ ਆਡੀਓ ਨੂੰ ਸੁਣਦੇ ਹਾਂ ਤਾਂ ਲੱਗ ਰਿਹਾ ਹੈ ਇਹ ਆਡੀਓ ਵਿੱਚ ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਗੱਲ ਕਰ ਰਹੇ ਹਨ। ਇਸ ਆਡੀਓ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੱਚ ਹੈ ਜਾਂ ਨਹੀਂ, ਤੇ ਐਲੀ ਮਾਂਗੜ ਦੀ ਕੁੱਟਮਾਰ ਹੋਈ ਹੋਵੇਗੀ? ਆਪਣੇ ਕਮੈਂਟ ਕਰ ਜ਼ਰੂਰ ਦੱਸਣਾ। ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।